ਹਾਂਜੀ ਕਿਦਾਂ ਸਾਰੇ ਵੀਡੀਓ ਆ ਜੀ ਸੁਸ਼ਾਂਤ ਸਿੰਘ ਦੀ ਤੇ ਇਹਨਾਂ ਬਾਰੇ ਬਹੁਤ ਕੌਸ਼ਿਸ਼ ਕੀਤਾ ਜਾ ਚੁੱਕਾ ਮੀਡੀਆ 'ਚ ਤੇ ਕਈਆਂ ਨੇ ਲਾਈਕ ਲੈਣ ਲਈ ਵੀ ਜਦੋਂ ਸ਼ੁਰੂ 'ਚ ਤੁਸੀਂ ਦੇਖਿਆ ਸੀ ਇੱਕ ਟਿਕਟੋਕ ਵਾਲਾ ਕਹਿੰਦਾ ਸੀ ਆਜੋ ਆਜੋ ਤੁਹਾਨੂੰ ਇੰਸਟਾ ਤੇ ਕੁਝ ਦਿਖਾਵਾਂ ਇੱਕ ਹੀਰੋ ਨਾਲ ਇਸ ਤਰ੍ਹਾਂ ਹੋਇਆ ਭਈ ਅਸੀਂ ਲੋਕ ਇੱਥੋਂ ਤੱਕ ਗਿਰ ਚੁੱਕੇ ਆਂ ਅਸੀਂ ਲਾਈਕ ਲੈਣ ਲਈ ਕੁਝ ਵੀ ਕਰ ਸਕਦੇ ਆਂ ਵੈਸੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਚੁੱਕਿਆ ਪਰ ਮੈਂ ਕੋਸ਼ਿਸ਼ ਕੀਤੀ ਹੈ ਕੀ ਹੋ ਰਿਹਾ ਤੇ ਕੀ ਹੋਇਆ ਤੇ ਕਿਉਂ ਹੋਇਆ ਤੇ ਬੱਸ ਐਮੀ ਮੈਂ ਕਹਾਂ ਤਾ ਮੈਨੂੰ ਵੀ ਨਹੀਂ ਸੀ ਪਤਾ ਸੁਸ਼ਾੰਤ ਸਿੰਘ ਬਾਰੇ ਵੀ ਉਸ ਬੰਦੇ ਦੀ ਸੋਚ ਇਹੀ ਹੈ ਕਿ ਜਿਸ ਤਰ੍ਹਾਂ ਮੈਂ ਗੱਲਾਂ ਕਰਦਾ ਹੁੰਨਾ ਤਾਰਿਆਂ ਦੀਆਂ ਹੋਰ ਗ੍ਰਹਿਆਂ ਦੀਆਂ ਬਾਈ ਇਹ ਤਾਂ ਸਿਰ ਹੈ ਸੀ ਮੈਂ ਇਹ ਕਹਿਣਾ ਚਾਹੁੰਦਾ ਭੀ ਇੰਡਸਟਰੀ ਨੇ ਹੀਰੋ ਨਹੀਂ ਗਵਾਇਆ ਸਾਡੇ ਦੇਸ਼ ਨੇ ਇੱਕ ਹੀਰਾ ਗਵਾਇਆ ਜਿਸ ਤਰ੍ਹਾਂ ਦੀ ਇਸ ਇਨਸਾਨ ਦੀ ਸੋਚ ਸੀ ਉਹ ਕੀ ਸੋਚ ਸੀ ਸਾਰਾ ਕੁਝ ਤੁਹਾਨੂੰ ਦਿਖਾਉਣਾ ਪਹਿਲਾਂ ਤਾਂ ਬਾਈ ਬੰਦੇ ਨੇ ਘਰੇ ਟੈਲੀਸਕੋਪ ਰੱਖਿਆ ਸੀ ਤੇ ਇਸ ਤਰ੍ਹਾਂ ਦਾ ਇੰਡੀਆ ਚ ਹੋਰ ਕਿਸੇ ਕੋ ਹੋਣਾ ਵੀ ਨਹੀਂ ਜੋ ਹਨਾ ਹਿਸਾਬ ਕਿਤਾਬ ਸੀ ਇਸ ਟੈਲੀਸਕੋਪ ਦਾ ਤੇ ਇੱਕ ਗੱਲ ਤੁਹਾਨੂੰ ਕਹਿਣਾ ਤੁਸੀਂ ਸਰਚ ਕਰਕੇ ਦੇਖ ਸਕਦੇ ਆ ਸੁਸ਼ਾਂਤ ਸਿੰਘ ਰਾਜਪੂਤ ਹੋਮ ਟੂਰ ਦੇਖਿਓ ਏਸ਼ੀਅਨ ਪੇਂਟ ਵਾਲਿਆਂ ਨੇ ਵੀਡੀਓ ਬਣਾਈ ਆ ਇਹਦੇ ਘਰ ਦੀ ਅੰਦਰੋਂ ਤੁਹਾਨੂੰ ਆਈਡੀਆ ਹੋ ਜਾਣਾ ਵੀ ਬੰਦੇ ਦੀ ਸੋਚ ਕਿਸ ਤਰ੍ਹਾਂ ਦੀ ਸੀ ਸੁਸ਼ ਸੋ ਸੋਚਾ ਨਾਤ ਸਿੰਘ ਰਾਜਪੂਤ ਹੋਮ ਟੂਰ 에ਸ਼ੀਅਨ ਪੇਂਟ ਆਲਿਆਂ ਨੇ ਵੀਡੀਓ ਪਾਈਓ ਆ ਵੀ ਤਸਵੀਰਾਂ ਕਿੱਦਾਂ ਦੀਆਂ ਲਾਈਆਂ ਸੀ ਘਰ ਚ ਕੀ ਕੀ ਹੋਰ ਪਿਆ ਸੀ ਸਾਰਾ ਤੁਹਾਨੂੰ ਆਈਡੀਆ ਹੋ ਜਾਣਾ ਬੰਦੇ ਦੀ ਸੋਚ ਦਾ ਤੇ ਅੱਗੇ ਵੀ ਤੁਹਾਨੂੰ ਦਿਖਾਉਣਾ ਤੇ ਇਹ ਬੰਦੇ ਨੇ ਜੀ ਚੰਨ ਤੇ ਲਿਆ ਹੋਇਆ ਸੀ ਪਲੋਟ ਇਹ ਸੱਚੀ ਗੱਲ ਆ ਕਈਆਂ ਨੇ ਤੁਸੀਂ ਸੁਣੀ ਹੋਣੀ ਇੱਧਰ ਉੱਧਰੋਂ ਕਈਆਂ ਨੇ ਕਿ ਹੋਣਾ ਝੂਠ ਆ ਇਸ ਤਰ੍ਹਾਂ ਦਾ ਕੋਈ ਝੂਠ ਨਹੀਂ ਤੁਹਾਨੂੰ ਦਿਖਾਉਣਾ ਹੈ ਜੀ ਇਸ ਨੇ ਤਸਵੀਰ ਵੀ ਅਪਲੋਡ ਕੀਤੀ ਸੀ ਚੰਨ ਤੇ ਇਸ ਨੇ ਲਈ ਸੀ ਜਗ੍ਹਾ ਇੰਡਸਟਰੀਜ਼ ਹੋਰ ਕਿਸੇ ਨੇ ਨਹੀਂ ਲਈ ਮੈਨੂੰ ਲੱਗਦਾ ਇੰਡੀਆ 'ਚ ਹੀ ਨਹੀਂ ਕਿਸੇ ਨੇ ਲਈ ਹੋਣੀ ਸ਼ਾਹਰੂਖ ਖਾਨ ਨੂੰ ਕਿਸੇ ਪ੍ਰਸ਼ੰਸਕ ਨੇ ਤੋਹਫ਼ਾ ਦਿੱਤਾ ਸੀ ਤੇ ਇਸ ਨੇ ਆਪ ਖਰੀਦੀ ਸੀ ਤੇ ਇਹ ਵਾਲੇ ਟੈਲੀਸਕੋਪ ਨਾਲ ਇਸ ਸੈਟਰਨ ਗ੍ਰਹਿ ਆ ਤੇ ਉਸ ਦੇ ਰਿੰਗ ਆ ਉਹ ਵੀ ਤੁਹਾਨੂੰ ਦਿਖਾਉਣਾ ਕੀ ਦੇਖਦਾ ਹੁੰਦਾ ਸੀ ਹੈਨਾ ਭਈ ਮਤਲਬ ਟੈਲੀਸਕੋਪ ਦੀ ਮਦਦ ਨਾਲ ਤੁਹਾਨੂੰ ਵੀ ਪਤਾ ਵੀ ਨੇੜੇ ਵਿਖਦਾ ਸਾਰਾ ਕੁਝ ਜਿੰਨੀ ਮਰਜ਼ੀ ਦੂਰ ਹੋਵੇ ਹੈਨਾ ਤੇ ਹੋਰ ਦਿਖਾਉਣਾ ਤੁਹਾਨੂੰ ਇਹ ਆ ਜੀ ਸੈਟਰਨ ਇਹ ਜੇ ਵੈਸੇ ਤੁਹਾਨੂੰ ਤਸਵੀਰ ਦਿਖਾਈ ਹੈ ਜੇ ਚੰਨ ਦੇ ਵਾਂਗੂ ਇਹ ਧਰਤੀ ਦੇ ਨੇੜੇ ਹੁੰਦਾ ਹੈ ਨਾ ਜਿੰਨੀ ਦੂਰ ਸਾਡੇ ਧਰਤੀ ਤੋਂ ਚੰਨ ਹੈ ਤੇ ਕਿਸ ਤਰ੍ਹਾਂ ਸਾਨੂੰ ਆਮ ਇਨਸਾਨਾਂ ਨੂੰ ਧਰਤੀ ਤੋਂ ਵਿਖਣਾ ਸੀ ਜੇ ਚੰਨ ਜਿੰਨੀ ਦੂਰੀ ਤੇ ਚੰਨ ਹੈ ਜੇ ਵੀ ਇਦਾਂ ਹੁੰਦਾ ਇਹ ਗ੍ਰਹਿ ਆ ਇਹਦੀਆਂ ਰਿੰਗਸ ਆ ਇਹ ਸੈਟਰਨ ਹਨਾ ਤੇ ਇਹਦੀਆਂ ਏ ਹੋਰ ਦਿਖਾਉਣਾ ਇਹ ਜੀ ਤੁਸੀਂ ਦੇਖ ਸਕਦੇ ਹੋ ਇਸ ਦੇ ਇੰਸਟਾ ਤੇ ਇਸ ਨੇ ਪੋਸਟ ਕੀਤੀ ਹੋਈ ਸੀ ਦਾ ਮਾਈ ਸਾਈਡ ਆਫ ਦਾ ਮੂਨ ਇਸ ਨੇ ਇਹ ਵਾਲੀ ਜਗ੍ਹਾ ਚੰਨ ਤੇ ਖਰੀਦੀ ਹੋਈ ਸੀ ਤੇ ਮਤਲਬ ਕੋਈ ਇਸ ਚ ਝੂਠ ਨਹੀਂ ਹੈ ਨਾ ਇਸ ਨੇ ਪੋਸਟ ਕੀਤਾ ਹੋਇਆ ਪਹਿਲਾਂ ਦਾ ਹੀ ਪੁਰਾਣਾ ਦੇਖ ਸਕਦੇ ਇਸ ਇਸ਼ਟਾ ਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਆ ਕਿੱਥੇ ਕਿ ਜਾ ਕੇ ਕਿਹੜੇ ਏਰੀਆ ਚ ਚੱਲਦੇ ਤੇ ਕਿਹੜੀ ਜਗਾ ਸੀ ਹੋਰ ਵੀ ਤੁਹਾਨੂੰ ਦਿਖਾਉਣਾ ਇੰਡਸਟਰੀ ਚ ਕੀ ਕੀ ਹੋ ਰਿਹਾ ਹੈ ਨਾ ਤੇ ਇਹ ਵੀ ਦੇਖ ਸਕਦੇ ਇਸ ਨੇ ਪੋਸਟ ਕੀਤੀ ਸੀ ਜੂਪੀਟਰ ਸੈਟਰਨ ਐਂਡ ਮਾਰਸ ਹੋਈ ਜੋ ਮੰਗਲ ਗ੍ਰਹਾਂ ਦੀ ਮੈਂ ਦੱਸਦਾ ਹੁਣਾਂ ਟੌਪ ਡਾਊਨ ਮੇਰਿੰਗ ਦਾ ਔਰੀਅਨ ਐਂਡ ਸੋ ਇੰਟਿਮੀਟਲੀ ਹੱਗਿੰਗ ਈਚ ਅਦਰਿੰਡ ਦਾ ਮੂਨ ਲੀਸ ਮੂਨ ਲੀਸ ਸਕਾਈ ਵੀ ਇਹ ਤਿੰਨ ਜਿਹੜੇ ਆ ਇਨ੍ਹਾਂ ਦੇ ਨਾਮ ਲਿਖੇ ਹੋਏ ਆ ਵੀ ਇੱਕੋ ਲੈਂਸ ਕਿਸ ਤਰ੍ਹਾਂ ਆਈ ਸੀ ਟੈਲੀਸਕੋਪ ਤੋਂ ਇਸਨੇ ਕਲਿੱਕ ਕੀਤੀ ਸੀ ਤਸਵੀਰ ਉਹੀ ਗੱਲ ਸ਼ੁਰੂ ਚ ਜੋ ਮੈਂ ਕਹੀ ਭਾਈ ਇੰਡਸਟਰੀ ਨੇ ਨਹੀਂ ਦੇਸ਼ ਨਹੀਂ ਹੀਰਾ ਗਵਾਇਆ ਕਿਉਂਕਿ ਬੰਦੇ ਦੀ ਸੋਚ ਹਨਾ ਇਹਨਾਂ ਨੇ ਪਾਪਾ ਆਪਣੀਆਂ ਲਿਖਿਆ ਸੀ ਬੇਸ਼ੱਕ ਹਨਾ ਵੀ ਮੈਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਤੇ ਉਹਨਾਂ ਚੋਂ ਤੁਸੀਂ ਵੀ ਦੇਖ ਸਕਦੇ ਹੋ ਵਰਕ ਫਾਰ ਫ੍ਰੀ ਐਜੂਕੇਸ਼ਨ ਹਨਾ ਵੀ ਬੰਦੇ ਦੀ ਸੋਚ ਦੇਖੋ ਕਿੰਨੀ ਡੂੰਗੀ ਸੀ ਹਨਾ ਵੀ ਸਾਰਿਆਂ ਦਾ ਸੋਚਣ ਵਾਲਾ ਸੀ ਬੰਦਾ ਵੀ ਆਪਣਾ ਨਹੀਂ ਵੀ ਮੈਂ ਐ ਕਰੂੰਗਾ ਉਹ ਕਰੂੰਗਾ ਹਨਾ ਤੇ ਲਰਨ ਕਰਿਆ ਜੋਗਾ ਬਿਸਟ ਅੰਟਾਰਟਿਕਾ ਅੰਟਾਰਟਿਕਾ ਤੁਹਾਨੂੰ ਪਤਾ ਹੀ ਆ ਕੀ ਆ ਅੰਟਾਰਟਿਕਾ ਦੇਖੋ ਔਰਮਨ ਇਨ ਸੈਲਫ ਡਿਫੈਂਸ ਵੀ ਬਾਲੀ ਤਗੜੀ ਸੋਚ ਪਤਾ ਕੀ ਗੱਲ ਹੈ ਜਿਹੜੇ ਬੰਦੇ ਪੜ੍ਹ ਲਿਖ ਲੈਂਦੇ ਉਹ ਹੀ ਚੰਨ ਤਾਰਿਆਂ ਹੋਰ ਗ੍ਰਹਿਆਂ ਦੀਆਂ ਗੱਲਾਂ ਕਰਦੇ ਉਹ ਯਾਰ ਆਮ ਇਨਸਾਨ ਨਹੀਂ ਹੁੰਦੇ ਭਈ ਮਤਲਬ ਮੈਂ ਸੱਚੀ ਦੱਸਾਂ ਹਨ ਮੈਂ ਫਿਲਮਾਂ ਘਟਾ ਹੀ ਦੇਖਦਾ ਹਨਾ ਵੀ ਮਤਲਬ ਅਜੂਸ਼ਮਨ ਖੁਰਾਣਾ ਦੀਆਂ ਹੀ ਦੇਖਦਾ ਜੇ ਆ ਜਾਵੇ ਹੋਰ ਤਾਂ ਮੈਂ ਕਿਸੇ ਦੀ ਦੇਖਦਾ ਹੀ ਨਹੀਂ ਹਨਾ ਭਈ ਮੈਂ ਕਿ ਜਿੱਦਾਂ ਵੀ ਇੰਡਸਟਰੀ 'ਚ ਬਥੇਰੇ ਹਨਾ ਵੀ ਜਾਂਦੇ ਆ ਦੁਨੀਆ ਛੱਡ ਕੇ ਕਲਾਕਾਰ ਮੈਂ ਇਸ ਕਲਾਕਾਰ ਦੀ ਮੌਤ ਤੇ ਨਾ ਅਜੇ ਵੀ ਮੇਰੇ ਪਤਾ ਨਹੀਂ ਤਸਵੀਰਾਂ ਦੇਖ ਕੇ ਕਈ ਵਾਰ ਹੰਝੂ ਮੱਲੋ-ਮੱਲੀ ਨਿਕਲ ਆਉਂਦੇ ਹਨਾ ਵੀ ਨਾ ਸਾਡਾ ਕੋਈ ਖੂਨ ਦਾ ਰਿਸ਼ਤਾ ਦਾ ਨਾ ਕੁਝ ਵੀ ਹਨਾ ਵੀ ਪਤਾ ਨਹੀਂ ਯਾਰ ਤੁਹਾਡੇ ਕਈਆਂ ਨਾਲ ਇਸ ਤਰ੍ਹਾਂ ਹੋਇਆ ਹੋਣਾ ਨਾ ਵੀ ਮੱਲੋ-ਮੱਲੀ ਬੰਦੇ ਨੂੰ ਪਤਾ ਨਹੀਂ ਕੀ ਹੋਇਆ ਵੀ ਬੰਦੇ ਦੀ ਯਾਰ ਸਮਾਈਲ ਹੀ ਇਦਾਂ ਦੀ ਆ ਵੀ 34 ਸਾਲ ਦੀ ਉਮਰ ਕੀ ਹੁੰਦੀ ਹੈ ਹਨਾ ਤੇ ਹੋਰ ਦਿਖਾਉਣਾ ਤੁਹਾਨੂੰ ਏ ਜੀ ਵੈਸੇ ਮੈਂ 50 ਇਹਨਾਂ ਨੇ ਲਿਖੀਆਂ ਹੋਈਆਂ ਸੀ ਤੁਸੀਂ ਵੀ ਪੜ ਸਕਦੇ ਆ ਮੇਕ ਅ ਡਾਕੂਮੈਂਟਰੀ ਔਨ ਸੁਭਮੀ ਵਿਵੇਕਾਨੰਦ ਥਰੋ ਯੂਰਪ ਬਾਈ ਟ੍ਰੇਨ ਯੂਰਪ ਜਿਹੜਾ ਟ੍ਰੇਨ 'ਚ ਘੁੰਮਣ ਦਾ ਉਹਦਾ ਨਜ਼ਾਰਾ ਲੱਗ ਗਈ ਆ ਹਨਾ ਭਈ ਵਰਕ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ AI ਕਹਿੰਦੇ ਇਹਨੂੰ AI ਤੁਹਾਨੂੰ ਜਿਨ੍ਹਾਂ ਨੂੰ ਪਤਾ ਆ ਜਿਨ੍ਹਾਂ ਨੂੰ ਨਹੀਂ ਪਤਾ AI ਬਾਰੇ ਸਟੱਡੀ ਕਰਿਓ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਨੇ ਦੁਨੀਆ ਤੇ ਕਵਯਾ ਕਰਨਾ ਆਉਣ ਵਾਲੇ ਥੋੜੇ ਸਾਲਾਂ ਚ ਉਹੀ ਸਾਰਾ ਕੁਝ ਕਰਦੀ ਪਈ ਆ ਤੁਹਾਨੂੰ ਥੋੜਾ ਜਿਹਾ ਸੌਕਿਆ